ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਮਿਤਰੋ ਐਂਡ ਵਲੌਗ ਲੈ ਕੇ ਆ ਗਿਆ ਤੁਹਾਡੇ ਲਈ ਤਾਂ ਤੁਸੀਂ ਫਿਰ ਕਹਿੰਦੇ ਹੋਗੇ ਇੱਕੋ ਕੱਪੜਿਆਂ 'ਚ ਫਿਰ ਆ ਗਿਆ ਹੈ। ਲਓ ਵੀ ਮਿਤਰੋ ਕੱਲ੍ਹ ਵਲੌਗ ਸ਼ੂਟ ਕੀਤਾ ਸੀ ਆਪਾਂ, ਕੱਲ੍ਹ ਕੀ ਮਤਲਬ ਕਿ ਇੱਕ ਘੰਟਾ ਪਹਿਲਾਂ ਹੀ ਵਲੌਗ ਸ਼ੂਟ ਕੀਤਾ ਸੀ ਆਪਾਂ ਕਿ ਹੋਮ ਟੂਰ ਵਲੌਗ ਦਾ, ਅਤੇ ਲਓ ਮਿੱਤਰੋ ਉਹ ਆਪਾਂ ਪਾਤਾ ਵਾ, ਅਤੇ ਬਸ ਇੱਕ ਘੰਟੇ ਬਾਅਦ ਆਪਾਂ ਦੂਜਾ ਵਲੌਗ ਸ਼ੁਰੂ ਕਰਤਾ, ਕਿਉਂਕਿ ਇੱਕੇ ਦਿਨ 'ਚ ਦੋ ਵਲੌਗ ਸ਼ੂਟ ਕੀਤੇ ਆਪਾਂ। ਕਿਉਂ, ਰੀਜ਼ਨ ਇਹ ਆ ਕਿ ਉਹ ਵਲੌਗ ਸ਼ੂਟ ਕੀਤਾ 10-15 ਮਿੰਟਾਂ 'ਚ ਪੂਰਾ ਹੋ ਗਿਆ ਯਾਰ, ਮੈਂ ਸੋਚਿਆ ਕਿ ਘਰੇ ਵਿਹਲੇ ਕੀ ਕਰਾਂਗੇ ਹੈ ਨਾ, ਮੱਖੀਆਂ ਤਾਂ ਮਾਰਨੀਆਂ ਨੇ, ਮੱਖੀਆਂ ਵੈਸੇ ਬਹੁਤ ਮਰਨੀਆਂ ਵੀ ਨਹੀਂ, ਅਤੇ ਸੱਚ ਮੈਂ ਵਿਹਲੇ ਹੈਗੇ ਹਾਂ ਅਤੇ ਕੀ ਕਰਾਂਗੇ ਹੈ ਨਾ, ਅਤੇ ਮੈਂ ਚਲੋ ਵਲੌਗ ਫਿਰ ਸ਼ੂਟ ਕਰ ਲੈਂਦੇ ਹਾਂ, ਕੱਲ੍ਹ ਪਾ ਦਾਂਗੇ ਕੀ ਕਰਨਾ, ਤੁਹਾਨੂੰ ਵੀ ਤੁਹਾਡੇ ਲਈ ਕੁਝ ਲਿਆਵਾਂਗੇ ਤਾਂ ਫਿਰ ਹੀ ਤੁਸੀਂ। ਅਤੇ ਕੱਪੜੇ ਮੈਂ ਕੀ ਚੇਂਜ ਕਰਨੇ, ਕੱਪੜੇ ਅੱਗੇ ਉਨੇ ਕੀ ਆ, ਛੱਡ ਪਰੇ ਚੇਂਜ ਚੂੰਜ ਕਰਨ ਨੂੰ, ਇਹੀ ਠੀਕ ਆ ਸੋਹਣੇ ਆ ਜੱਟ 'ਚ। ਅਤੇ ਘੰਟਾ ਕਿ ਮੈਂ ਸੋਤਾਂ ਹੀ ਤਾਂ ਉੱਠ ਕੇ ਆ ਗਿਆ, ਅਤੇ ਲੜੋ ਵੀ ਲੜੇ ਇੱਕ ਖੁਸ਼ਖਬਰੀ ਆਪਣੇ ਵਾਸਤੇ ਅੱਜ, ਅਤੇ ਜਾਂਦੇ ਹਾਂ ਦਿਖਾਉਂਦੇ ਹਾਂ ਨਾਲੇ। ਲਓ ਵੀ ਚਿਹਰੇ ਦੀ ਰੌਣਕ ਦੱਸਦੀ ਹੈ ਬੰਦਾ ਅੱਜ ਸੋਹਣਾ, ਮੈਂ ਦਾੜੀ ਦੂੜੀ ਕਟਾਈ ਹੈ ਯਾਰ, ਕੱਲ੍ਹ ਕਟਾਉਣ ਚੱਲਿਆ, ਕੱਲ੍ਹ ਵੀ ਮੁੜ ਆਇਆ, ਪਰਸੋਂ ਵੀ ਮੁੜ ਕੇ ਆਇਆ, ਪਰਸੋਂ ਮੁੜ ਕੇ ਨਿਆ, ਪਰਸੋਂ ਰੱਦਾ ਕੈਂਸਲ ਹੋ ਗਿਆ। ਚਲੋ ਮਿੱਤਰੋ ਅੱਜ ਚੱਲਦੇ ਹਾਂ, ਅਤੇ ਧੁੱਪ ਹੋਣ ਲੱਗ ਚੁੱਕੀ ਹੈ ਸਵੇਰ ਵਾਲੇ ਵਲੌਗ 'ਚ, ਤੁਸੀਂ ਦੇਖਿਆ ਹੋਣਾ ਕਿ ਬੱਦਲ ਹੋਇਆ ਸੀ ਪੂਰਾ, ਅਤੇ ਹਵਾ ਚੱਲ ਰਹੀ ਹੈ ਹੁਣ, ਅਤੇ ਬਾਕੀ ਦੇਖਦੇ ਹਾਂ ਕਿੱਥੋਂ ਤੱਕ ਜਾਂਦਾ, ਸ਼ੁਰੂ ਤਾਂ ਕਰ ਲਿਆ ਆਪਾਂ ਵਲੌਗ, ਅਤੇ ਧੁੱਪ ਪੂਰੀ ਗਹਿਮੋ ਗਹਿਮ ਲੱਗ ਗਈ ਹੁਣ, ਮੇਰਾ ਇਰਾਦਾ ਬੁਲਟ 'ਤੇ ਜਾਵਾਂ ਤਾਂ ਗੱਡੀ 'ਤੇ ਜਾਵਾਂ, ਅਤੇ ਗੱਡੀ 'ਤੇ ਜਾਵਾਂ ਤਾਂ ਬੁਲਟ 'ਤੇ ਜਾਵਾਂ, ਪਤਾ ਨਹੀਂ, ਚਲ ਬੁਲਟ ਹੀ ਕੱਢ ਲੈਂਦੇ ਹਾਂ ਯਾਰ। ਪਹਿਲਾਂ ਲਾਵਾਂ ਫੋਨ, ਪੁੱਛਾਂ ਨੂੰ ਦੁਕਾਨ 'ਤੇ ਹੈਗਾ ਵਾ ਜਾਂ ਨਹੀਂ ਹੈਗਾ, ਫਿਰ ਮੁੜ ਕੇ ਆਵਾਂਗੇ, ਕੀ ਫਾਇਦਾ ਹੈ ਨਾ, ਕਿਉਂ ਵੀ ਸਹੀ ਕਹਿ ਨਾ। ਅਤੇ ਲਓ ਮਿੱਤਰੋ ਵਲੌਗ ਦੇ ਨਾਲ ਜੁੜੇ ਰਹੋ, ਅਤੇ ਰੀਤ ਭੈਣ ਜੀ ਕਿੱਥੇ, ਰੀਤ ਭੈਣ ਜੀ ਨਾਲ ਤੁਹਾਨੂੰ ਮਿਲਾਉਂਦੇ ਹਾਂ। ਲਓ ਵੀ ਛੱਲੀਆਂ ਤਿਆਰ ਨੇ, ਤਿਆਰ ਬਈ ਤਿਆਰ, ਹੁਣ ਬਸ ਭੁੰਨਣ ਦੀ ਤਿਆਰੀ ਆ, ਹਫ਼ਤੇ ਤਾਂ ਭੁੰਨਣ ਜੋਗੀਆਂ ਹੋ ਹੀ ਨਹੀਂ ਆ ਮੈਨੂੰ ਲੱਗਦਾ, ਅਤੇ ਜਾਣ ਮੇਰੀ ਵਲੌਗ ਇੱਦਾਂ ਹੀ ਪਿਆਰ ਦਿੰਦੇ ਰਿਹਾ ਕਰੋ, ਅਤੇ ਜਿਨ੍ਹਾਂ ਨੇ ਹੋਮ ਟੂਰ ਵਾਲਾ ਵਲੌਗ ਨਹੀਂ ਦੇਖਿਆ ਤਾਂ ਜਲਦੀ ਜਲਦੀ ਜਾਓ, ਇੱਕ ਘੰਟਾ ਪਹਿਲਾਂ ਹੀ ਅਪਲੋਡ ਕੀਤਾ ਮੈਂ ਵਲੌਗ, ਜਲਦੀ ਜਲਦੀ ਜਾਓ ਦੇਖੋ, ਦੱਸਿਓ ਫਿਰ ਘਰ ਕਿਵੇਂ ਦਾ ਲੱਗਿਆ, ਕਮੈਂਟ ਕਮੁੰਟ ਕਰਦੇ ਰਿਹਾ ਕਰੋ, ਬਾਕੀ ਕੋਈ ਨਹੀਂ ਮਿਲਦੇ ਹਾਂ ਤੁਹਾਨੂੰ, ਬਾਕੀ ਵਿਊ ਚੈੱਕ ਕਰ ਸਕਦੇ ਹੋ ਤੁਸੀਂ, ਘੰਟਾ ਗੱਲਬਾਤ। ਮੈਂ ਮੇਰੇ ਹੋਬੀ ਦੀ ਕੀ ਉਹ ਗਾਣਾ ਨਹੀਂ ਆਇਆ ਨਵਾਂ, ਬੜਾ ਸੋਹਣਾ ਲੱਗਾ ਸੁਣ ਕੇ। ਲਓ ਮਿੱਤਰੋ ਫੇਰ ਨਹੀਂ ਟਲਦੀ, ਗੋਲਾ ਖਾਣਾ ਕੀ ਦੇਖ ਲਓ, ਰਿਤੇ ਉਹਦੇ ਵੱਲ ਦੇਖ ਕੇ ਮੈਨੂੰ ਕੌਣ ਜੇਤੇ ਆਉਣ ਡਿਆ। ਲਓ ਮਿੱਤਰੋ ਗੋਲਾ ਚੈੱਕ ਕਰੋ, ਇਹ ਮੁਕਾ ਦੇਣੀ ਅਸੀਂ ਸਾਰੀਆਂ ਖਾ ਖਾ ਕੇ, ਇਹ ਆ ਮਾੜਾ ਦਿਸੀ ਜਿਹਾ ਬੱਚਾ, ਤੁਹਾਨੂੰ ਦੱਸਿਆ ਨਹੀਂ ਉਹ। ਹਾਂ ਵੀ ਸਤਿ ਸ਼੍ਰੀ ਅਕਾਲ ਬੁਲਾ ਲਏ, ਫਿਰ ਵਲੌਗ ਸ਼ੁਰੂਆਤ ਕਰਤੀ ਇੱਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਬੈਕ ਯੂਟਿਊਬ ਚੈਨਲ ਪ੍ਰੀਤ। ਮੈਂ ਸੋਚਿਆ ਮੈਂ ਕਿਹਾ ਅਸੀਂ ਇੱਕ ਘੰਟੇ ਦੇ ਮਗਰ ਵਲੌਗ ਸ਼ੁਰੂ ਕਰ ਲਿਆ, ਕਿਉਂ ਜੀ ਅਸੀਂ ਸਾਰੀ ਦਿਹਾੜੀ ਵਿਹਲੇ ਸੀ, ਇਸ ਕਰਕੇ ਮੈਂ ਚਲੋ ਵਲੌਗ ਸ਼ੁਰੂ ਕਰ ਲਈਏ। ਵਿਹਲੇ ਗੱਲ ਜੀ ਚੱਲੇ ਆ ਉਹਦੇ ਕੰਮ। ਮੈਂ ਕਿੱਥੇ ਚੱਲਿਆ, ਮੈਂ ਤੁਹਾਨੂੰ ਜ਼ਿਕਰ ਦੁਕਾਨ 'ਚ ਇਹਨਾਂ ਨੇ ਕੰਮ ਜੁਆਇਨ ਕੀਤਾ ਵਾ, ਨਾ ਦੁਕਾਨ ਤੇ ਸ਼ੌਪ 'ਚ ਲੱਗੇ ਨੇ ਸੌਦੇ ਵਾਲੀ 'ਚ। ਸੌਦੇ ਆ ਸੌਦਾ ਦਿਸ਼ੀ ਇਹ ਸੌਦਾ ਸੌਦਾ ਕੀ ਹੁੰਦਾ, ਸੌਦਾ ਕੀ ਹੁੰਦਾ, ਦੋ ਦਿਨ ਤੱਕ ਉਹ ਕਰ ਕੀ ਕਰਦੇ ਉਹ ਸੌਦੇ 'ਚ ਨਹੀਂ ਲੱਗਾ ਮੈਂ, ਲੈ ਮੇਰੀ ਜਾਨ, ਸੌਦੇ ਸੌਦੇ ਵਾਲੀ ਦੁਕਾਨ 'ਤੇ ਨਹੀਂ ਆਪਾਂ ਲੱਗੇ, ਆਪਾਂ ਉਹ ਬੰਦ ਕਰ ਟੁੱਟੀ ਗੜੀ ਇੱਥੋਂ ਆਏ ਕਰ। ਓਕੇ ਜੀ ਤੁਹਾਡੇ ਵੀ ਸਮਾਂ ਵੀ ਇੱਥੋਂ ਆਏ ਨੇ। ਲਓ ਮਿੱਤਰੋ ਸੌਦੇ ਸੌਦੇ ਵਾਲੀ ਦੁਕਾਨ 'ਤੇ ਨਹੀਂ ਲੱਗੇ ਯਾਰ, ਉਹਨਾਂ ਨੇ ਕਰ ਲਿਆ, ਕਹਿੰਦੇ ਕੀ ਕਰ ਲਿਆ ਵੀ ਮਿੱਤਰਾ, ਕਹਿੰਦੇ ਕੰਮ ਜੂਸੋ ਜੂਸੀ ਆਉਣ ਲੱਗਾ ਹੈ, ਜੀਓ ਜੂਸ ਅਤੇ ਜੀਓ ਕੱਪੜੇ ਲੈ ਆਉਂਦੇ ਆਪਾਂ ਅੱਜ, ਫਿਰ ਨਵਾਂ ਨਹੀਂ ਚੱਲ
ਲਾਇਆ ਮੇਰੀ ਜਾਣ ਕਹਿੰਦੇ ਵਿਹਲੇ ਬੈਠੇ 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 ਬਹੁਤ ਜ਼ਿਆਦਾ ਬੋਰ ਹੋਣ ਡੇ ਸੀ, ਅਸੀਂ ਸੋਚਿਆ ਕੋਈ ਕੰਮ ਹੀ ਕੀਤਾ ਜਾਵੇ। ਲਓ ਮਿੱਤਰੋ ਸਵੇਰ ਤੋਂ ਲੈ ਕੇ ਸ਼ਾਮਾਂ ਹੋ ਗਈਆਂ ਅਤੇ ਆਪਾਂ ਕੁਝ ਨਹੀਂ ਕੀਤਾ, ਵਿਹਲੇ ਬਸ ਘਰ ਬੋਰ ਹੁੰਦੇ ਪਏ। ਮੈਂ ਤਾਂ ਰੀਤ ਹੀ ਇਕੱਲੇ ਘਰ ਸੀ ਅੱਜ ਅਤੇ ਐਨ ਬੋਰ ਹੋਣ ਡੇ, ਸੋਚੀਏ ਕੀ ਕਰੀਏ, ਕਦੀ ਸ਼ਾਂਤੀ ਜੀ ਨਹੀਂ ਹੈਗੀ ਘਰ ਅੱਜ। ਮਤਲਬ ਕਿ ਉਹ ਸੋਰੀ ਕੀ ਕਹਿੰਦੇ ਹੁੰਦੇ ਉਹਨੂੰ, ਕਿਤੇ ਸਾਰੇ ਘਰ ਹੋਵੇ ਅਤੇ ਮਨ ਲੱਗਾ ਰਹਿੰਦਾ ਅਤੇ ਇੱਦਾਂ ਅਜੀਬ ਜਿਹਾ ਲੱਗਣ ਡਿਆ। ਖਾਲੀ ਖਾਲੀ ਘਰ ਜਿਹਾ, ਦੋ ਦਿਨ ਹੋ ਗਏ ਅਤੇ ਅਸੀਂ ਵਿਹਲੇ ਬੈਠੇ। ਮੈਂ ਚਲੋ ਕੀ ਕੀਤਾ ਜਾਵੇ, ਅਤੇ ਰੀਤ ਕਹਿੰਦੀ ਕੁਝ ਕਰਾ ਰਿਹਾ ਖਾਣ ਨੂੰ ਦਿਲ ਕਰਨ ਡਿਆ। ਮੈਂ ਹੁਣ ਮੈਂ ਦੁਕਾਨ 'ਤੇ ਜਾਣਾ ਨਹੀਂ ਧੁੱਪੇ, ਅਤੇ ਮੈਂ ਚੱਲ ਕਹਿੰਦੀ ਪਕੌੜੇ ਖਾਣੇ, ਮੈਂ ਪਕੌੜੇ ਮੈਂ ਬਣਾ ਨਹੀਂ ਸਕਦਾ। ਅਤੇ ਮੈਂ ਚੱਲ ਪਕੌੜਿਆਂ ਤੋਂ ਚੇਤਾ ਇੱਕ ਬੇਸਣ ਤੋਂ ਬਗੈਰ ਇੱਕ ਚੀਜ਼ ਬਣਾ ਕੇ ਦੇਖ ਲੈਂਦੇ ਹਾਂ ਟਰਾਈ ਕਰਕੇ। ਪਹਿਲੀ ਵਾਰ ਉਹ ਵੀ ਆਲੂ ਦੀ ਬਣਨੀ ਆ, ਆਲੂ ਮਸ਼ਹੂਰ ਕੀਤਾ ਪਿਆ। ਆਲੂ ਕਹਿੰਦੇ ਆਲੂ ਆਲੂ ਖਾ ਕੇ ਆਲੂ ਆਲੂ ਵਰਗੇ ਹੋਏ ਨਾ ਆਪਾਂ। ਇੱਥੇ ਰੀਤ ਭੈਣ ਜੀ ਕੀ ਕਰ ਰਹੀ ਨੇ, ਪਿਆਜ਼ ਚੀਰ ਰਹੇ ਹੋ? ਮੈਂ ਜੇ ਖਾਣਾ ਕੁਝ ਤਾਂ ਪਿਆਜ਼ ਚੀਰੋ, ਪਹਿਲੇ ਐਪਲ ਚੀਰ ਲਾ ਯਾਰ, ਐਪਲ ਖਾਈ ਇੱਕ ਮਿੰਟ, ਪਿਆਜ਼ ਚੀਰ ਕੇ ਫਿਰ ਕੱਦੂ ਧੁੱਕ ਲਿਆ। ਮੈਂ ਖਾਣਾ ਤਾਂ ਫਿਰ ਮਿਹਨਤ ਇੰਨੀ ਕਿਤੇ ਕਰਨੀ ਪੈਣੀ ਆ। ਕਿਉਂ ਰੀਤ, ਮੈਂ ਇਕੱਲੀ ਨਹੀਂ ਖਾਣਾ, ਫਿਰ ਮੰਮੀ ਕਰਦਾ ਵਾ। ਪਿਆਜ਼ ਧੁੱਕ ਲਿਓ, ਲਓ ਲਓ ਮਿਹਨਤ ਦਾ ਨਾਂ ਲਿਆ ਤਾਂ ਮਿਹਨਤ ਹਾ ਜਾ ਲਿਆ ਦੇ। ਉਹ ਕਿਸ਼ੰਕ ਤੋਂ ਤੋਲ ਲੈਣਾ ਆਪਾਂ, ਕਿੱਥੇ ਜਾਣਾ ਯਾਰ, ਕਿਸ਼ੰਕ ਥੱਲੇ ਮੈਨੂੰ ਔਨ ਕਰਨਾ ਪੈਂਦਾ। ਹਾਂਜੀ, ਹੈਲੋ, ਲੀਕਿੰਗ ਹੁੰਦੀ ਹੈ, ਲੀਕਿੰਗ ਹੁੰਦੀ। ਪਿਆਜ਼ ਬਰੀਕ ਬਰੀਕ ਕੱਟੀਆਂ, ਮੈਂ ਤੈਨੂੰ ਘੈਂਟ ਜਿਹੀ ਚੀਜ਼ ਬਣਾ ਕੇ ਦਿੰਦਾ। ਮੇਰੇ ਨਾ ਬੈਠੇ ਬੈਠੇ ਦਿਮਾਗ 'ਚ ਆਈ ਕਿ ਇੱਦਾਂ ਆਪਾਂ ਟਰਾਈ ਕਰਕੇ ਦੇਖਦੇ ਹਾਂ, ਨਾਲ ਦੀ ਨਾਲ ਤੁਹਾਨੂੰ ਦਿਖਾਉਂਦਾ ਮੈਂ। ਮਤਲਬ ਕਿ ਇੱਕ ਆਪਣਾ ਸੌਖਾ ਤਰੀਕਾ, ਜੇ ਕਿਤੇ ਮਤਲਬ ਕਿ ਘਰ ਕੋਈ ਗੈਸਟ ਆ ਜੇ ਇੱਕਦਮ, ਜੇ ਘਰ ਕੁਝ ਵੀ ਨਾ ਹੋਵੇ ਤਾਂ ਆਪਾਂ ਮਤਲਬ ਕਿ 5 ਮਿੰਟ 'ਚ ਉਹ ਤਿਆਰ ਕਰ ਸਕਦੇ ਹਾਂ। ਵੈਸੇ 5 ਮਿੰਟ 'ਚ ਮੈਗੀ ਤਿਆਰ ਹੋ ਜਾਂਦੀ, ਪਰ ਆਪਾਂ 5 ਮਿੰਟ 'ਚ ਉਹ ਪਕੌੜੇ ਤਿਆਰ ਕਰ ਸਕਦੇ ਹਾਂ। ਜ਼ਿਆਦਾ ਟਾਈਮ ਨਹੀਂ ਲੱਗਣਾ, ਅੱਜ ਵਾਲ ਵੀ ਕਟਾ ਕੇ ਆਉਣੇ ਆ, ਹਫ਼ਤਾ ਹੋ ਗਿਆ ਕਹਿਣ ਡਿਆ ਵਾਲ ਕਟਾ ਕੇ, ਜਾਇਆ ਨਹੀਂ ਜਾਂਦਾ ਘਰੋਂ ਯਾਰ, ਉਹਨਾਂ ਵੀ ਵਿਹਲਾਂ ਵੇਲ। ਆਲੂ ਉਬਲੇ ਰੱਖੇ ਆਪਾਂ, ਜਦੋਂ ਉਬਾਲੇ ਜਾਊਗੇ। ਮਕਈ ਦਿਨਾਂ 'ਚ ਹੀ ਹੋ ਗਈ ਵਿਹਲਾ ਦਿੱਤੇ, ਹੈ ਨਾ, ਐਨ ਬਰੀਕ ਬਰੀਕ ਕੱਟੀ, ਨਿਆਣੀ ਹੈ ਨਾ ਵੀ ਸੀਖ ਜਾਊਗੀ ਧੀਰੇ ਧੀਰੇ। ਆਪੇ ਕੱਟ ਲਓ, ਨਹੀਂ ਕੱਟੋ ਕੱਟ ਲਓ ਵੀ। ਆਪਾਂ ਖਾਈ ਐਪਲ ਉਹਨਾਂ ਦੀ ਘਰ, ਅਤੇ ਤੁਸੀਂ ਉਹ ਰਾਣੀ ਖੜੀ ਆਪਣੀ, ਅਤੇ ਇੱਧਰ ਮੱਕੀ ਦੇਖ ਸਕਦੇ ਹੋ ਕਿਹੜੀ ਕਿਹੜੀ ਹੋ ਗਈ ਹੈ। ਲੈ ਮੇਰੇ ਜਾਣ ਕੇ ਤਾਂ ਕੀ ਆਉਂਦਾ, ਕਹਿੰਦੇ ਆਲੂਆਂ ਦੀ ਕੰਬਲ ਕੁੱਟ ਕਰੀਏ ਕਰਾਂ। ਲਓ ਵੀ ਆਲੂ ਆਪਣੇ ਉਬਲ ਚੁੱਕੇ ਆ, ਅਤੇ ਇਹਨਾਂ ਦੀ ਛਿੱਲਣਾ ਲਾਹ ਦੀਏ ਕਰਾਂ। ਅਤੇ ਰੀਤ ਗਈ ਹੋਈ ਆ ਉੱਧਰ, ਅਤੇ ਆਲੂ ਆਪਣੇ ਉਬਲ ਹੀ ਚੁੱਕੇ ਆ ਲਗਭਗ, ਅਤੇ ਹੁਣ ਇਹਨਾਂ ਦੀ ਕਟਾਈ ਕਰਦੀ ਹੈ ਚੰਗੀ ਤਰ੍ਹਾਂ, ਛਿੱਲਣਾ ਛੁੱਲਣਾ। ਮੈਂ ਕੱਟ ਕੇ ਪਾ ਤੇ, ਮੈਂ ਛੇਤੀ ਹੋ ਜੂਗੀ ਥੋੜ੍ਹੀ ਜਿਹੀ। ਲਓ ਵੀ ਮਿੱਤਰੋ ਛਿੱਲਣਾ ਲਾਹ ਦੇਣੀ ਆਪਾਂ ਸਾਰੀਆਂ, ਅਤੇ 2 ਮਿੰਟ 'ਚ ਮੈਂ ਕਰ ਦੇਣੇ ਰੈਡੀ। ਅਤੇ ਰੀਤ ਗਈ ਆ ਉਹਨਾਂ ਚਿਕਰ ਉੱਧਰ, ਉਹਨਾਂ ਚਿਕਰ ਮੈਂ ਕਰ ਦੇਣੇ ਛਿੱਲਣਾ ਛੁੱਲਣਾ ਲਾ ਕੇ, ਅਤੇ ਆਓ। ਅਤੇ ਤੁਸੀਂ ਬਣੇ ਰਹੇ ਹੋ ਬਲੌਗ ਦੇ ਨਾਲ, ਤੁਸੀਂ ਨਹੀਂ ਕਿਤੇ ਵੀ ਜਾਣਾ। ਅਤੇ ਆਪਾਂ ਪਾ ਦੇਣਾ ਪੂਰਾ ਗਾਹ, ਅਤੇ ਐਨ ਘੈਂਟ ਜਿਹੇ ਪਕੌੜੇ ਬਣਾਉਂਦੇ ਆਲੂ ਵਾਲੇ। ਵੈਸੇ ਆਲੂ ਵਾਲੇ ਪਕੌੜੇ ਖਾ ਖਾ ਅੱਕ ਗਏ ਆ, ਪਰ ਅੱਜ ਥੋੜ੍ਹਾ ਵੱਖਰਾ ਸਵਾਦ ਆਪਾਂ ਦੇਖਣਾ, ਵੱਖਰਾ ਕੋਈ ਵੱਖਰੀ ਆਈਟਮ ਬਣਾਉਣੀ ਆ ਵੀ, ਸੋਚੀ ਆ ਦਿਮਾਗ 'ਚ ਮੈਂ ਕੋਈ। ਬਾਕੀ ਦੇਖਦੇ ਹਾਂ ਕਿਵੇਂ ਦੀ ਬਣਦੀ ਆ, ਬਾਕੀ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਵੀ ਘਰ ਟਰਾਈ ਕਰਿਓ, ਅਸੀਂ ਤਾਂ ਕਰਕੇ ਦੇਖਣ ਲੱਗੇ ਪਹਿਲੀ ਵਾਰ। ਵੈਸੇ ਕੇਕ ਵਾਂਗੂ, ਵੈਸੇ ਕੇਕ ਦਾ ਤਾਂ ਸੱਤਿਆਨਾਸ਼ ਹੋ ਗਿਆ,
ਚਲੋ ਕੋਈ ਚੱਕਰ, ਉਹਨੂੰ ਛੱਡੂ, ਦੁਬਾਰਾ ਬਣਾਵਾਂਗੇ ਫਿਰ ਇੱਕ ਘੈਂਟ ਜਿਹਾ। ਚਲੋ ਕੋਈ ਨਹੀਂ, ਆਹ ਬਣਾਉਂਦੇ ਹਾਂ, ਦੇਖਦੇ ਹਾਂ ਕੀ ਆ, ਛਿਲਣਾ ਛੁਲਣਾ ਲਾ ਦਈਏ ਫਿਰ ਦੇਖਦੇ ਹਾਂ ਕੀ ਚੱਕਰ। ਮੇਰੀ ਜਾਣ ਕਹਿੰਦੇ ਕੀ ਹੋਣਾ ਤਾਂ ਕਹਿੰਦੇ ਆਪਾਂ ਹੁਣ ਕਰ ਲੱਗੇ ਹਾਂ ਮਿਕਸ ਮਿਰਚਾਂ ਲਸਣ ਅਤੇ ਪਿਆਜ਼, ਪਿਆਜ਼ ਵੀ ਆਪਾਂ ਨੀਚੇ ਮਿਕਸ ਕਰ ਲੈਣਾ ਚਲਾ ਰਹੀ ਤੇ ਪਿਆਜ਼ ਵਿੱਚ ਪਾ ਦੇ ਲਓ ਵੀ। ਹਾਂ ਕਹਿੰਦੇ ਨਾ ਤਾਂ ਆਪਾਂ ਆਲੂ ਵਾਲੇ ਬਣਾਉਣੇ ਆ ਫ੍ਰੈਂਚ ਅਤੇ ਨਾ ਬਣਾਉਣੇ ਆ ਪਕੌੜੇ, ਇਹ ਆਪਾਂ ਕੋਈ ਵੱਖਰੀ ਡਿਸ਼ ਤਿਆਰ ਕਰ ਦੇਣੀ ਹੈ। ਕਹਿੰਦੇ ਵੀ ਸਮੇਂ ਦੀ ਬੱਚਤ ਕਰਦੇ ਹੋਏ ਅਤੇ ਡਿਸ਼ ਤਿਆਰ ਕਰਾਂਗੇ ਆਪਾਂ, ਹੈ ਨਾ, ਕਰੀਏ ਫਿਰ। ਅਤੇ ਉਹ ਆਪਣੇ ਆਲੂ ਰੈਡੀ ਆ ਅਤੇ ਇੱਧਰ ਇਹਨਾਂ ਦੀ ਹੁਣ ਆਊਗੀ ਕੱਟੇ ਕੱਟੇ ਕੱਟੇ, ਜਾਂ ਮੈਂ ਕਰਾਂਗੀ ਜੀ, ਅਤੇ ਮੈਂ ਕਰਦਾ ਕੁੜੀ ਦੇ ਸੱਟ ਲੱਗੇ ਹੱਥ 'ਤੇ ਵੀ। ਹਾਂਜੀ ਲੋ ਵੀ, 2 ਦਿਨ ਹੋ ਗਿਆ ਪਰ ਰਸੋਈ ਦੇ ਵਲੌਗ ਨਹੀਂ ਪਾਏ, ਮੈਂ ਚਲੋ ਅੱਜ ਪਾ ਹੀ ਦਿੰਦੇ ਹਾਂ। ਸਿੱਧੇ ਦੀ ਗੱਲ ਬਈ, ਸਾਡਾ ਮਨ ਕਰਦਾ ਰਹਿੰਦਾ ਖਾਣ ਪੀਣ ਵਾਲੇ ਬੰਦੇ। ਮਿਰਚਾਂ ਸਾਰੀਆਂ ਪਾਉਣੀਆਂ ਕਿਉਂਕਿ ਮਿਰਚਾਂ ਕੌੜੀਆਂ ਨਹੀਂ ਹੈਗੀਆਂ ਇੰਨੀਆਂ। ਮੈਂ ਪਤਾ ਨਹੀਂ ਕਿਉਂ ਕੌੜੀਆਂ ਨਹੀਂ ਹੈਗੀਆਂ, ਕਿੰਨੀ ਮਰਜ਼ੀ ਪਾ ਲਈ। ਹਾਂ ਇੱਕ ਲਿਫਾਫਾ ਚਾਹੀਦਾ ਉਹਦੇ ਵਿੱਚ ਪਾ ਕੇ। ਹਾਂ ਤੇ ਲਿਫਾਫੇ ਦੀ ਕੀ ਲੋੜ ਪਈਗੀ ਤੁਹਾਨੂੰ ਦੱਸਦੇ ਹਾਂ ਕੋਈ। ਚਲੋ ਤੁਹਾਨੂੰ ਕਰ ਕਰਕੇ ਅੱਗੇ ਦਾ ਪ੍ਰੋਸੈਸ ਦਿਖਾਉਂਦੇ ਹਾਂ। ਦੇਖਣੀ ਉਹ ਵੀ ਆਪਣੇ ਆਲੂ ਹੁਣ ਮੈਂ ਛਾਣ ਲਏ ਆ, ਇਹਦੀ ਚੰਗੀ ਤਰ੍ਹਾਂ ਕਰਾਂਗੇ ਕਟਾਈ। ਅਤੇ ਬਾਹਰ ਬੋਲ ਰਿਹਾ ਕਾਂ, ਮੈਨੂੰ ਲੱਗਦਾ ਪ੍ਰਾਹੁਣੇ ਪਹਿਲਾਂ ਹੀ ਆਏ ਹੋਏ ਆ ਅਤੇ ਹੋਰ ਆਏ ਨੇ। ਕੱਪ ਦਾ ਕਿਉਂ ਬੋਲਣ ਡਿਆ, ਬਾਹਰ ਸੋਸ ਦਾ ਪੈਕਟ ਪਿਆ ਉਹ ਖਾਣ ਡਿਆ ਅਤੇ ਉਹ ਧੰਨਾ ਭਜਾਈ ਜਾਂਦਾ ਖਾ ਲੈਂਦੇ ਉਹਨੂੰ ਵੀ ਗੱਲਾਂ। ਯਾਰ ਮੇਰੇ ਤੋਂ ਅੱਜ ਮੁੱਕੀ ਹੀ ਨਹੀਂ ਆਉਂਦੀ ਇਹਨੂੰ, ਠੀਕ ਨਹੀਂ ਹੈਗੇ ਤੁਸੀਂ ਬਾਹਵਾਂ ਨਹੀਂ ਇੱਥੇ ਜ਼ੋਰ ਨਹੀਂ, ਬਾਹਵਾਂ ਜ਼ੋਰ ਹੋਣ ਇਹਨਾਂ ਨੂੰ ਸੋਮਵਾਰ ਪਤਾ ਲੱਗ ਜਾਣਾ ਕਿਉਂ ਨਹੀਂ ਹੈਗਾ। ਹੋਰ ਬਾਈ, ਹਾਂਜੀ ਲਓ ਵੀ ਮਿੱਤਰੋ, ਆਲੂਆਂ ਦੀ ਇੱਕ ਨਾ ਹੱਥ ਨਾਲ ਕਟਾਈ ਕਰਾਂਗੇ ਕਿਉਂਕਿ ਇਹਨਾਂ ਥੋੜ੍ਹੇ ਥੋੜ੍ਹੇ ਰਹਿ ਜਾਂਦੇ ਰਹੇ। ਅੱਜ ਪਤਾ ਲੱਗਦਾ ਜਾਣਾ ਇੰਡਸਟਰੀ ਚ ਮਾੜੇ ਸਰੀਰ ਕੀ ਕਰੀ, ਉਹਨਾਂ ਕਹਿਣਾ ਪਕੌੜੇ ਖਾਂਦੇ ਰਹਿੰਦੇ ਸਰੀਰ ਮਾੜੇ ਹੁੰਦੇ ਆ, ਕੋਈ ਨੀ ਟੈਨਸ਼ਨ ਨਾ ਲਓ। ਸਹੀ ਗੱਲ, ਟੈਨਸ਼ਨ ਨਹੀਂ ਲੈਣੀ ਚਾਹੀਦੀ, ਖਾਣਾ ਪੀਣਾ ਚਾਹੀਦਾ। ਆਓ ਵੀ ਹੋਇਆ ਇੱਥੇ ਰੋਕੀ ਲੈ ਜਾਣਾ ਦੁਨੀਆਂ 'ਚ ਮਿੱਤਰੋ, ਅਤੇ ਤੁਹਾਨੂੰ ਮੈਸ਼ ਕਰਕੇ ਦਿਖਾਉਂਦੇ ਹਾਂ। ਉਹ ਵੀ ਇਸ ਤਰ੍ਹਾਂ ਇੱਕ ਤਰ੍ਹਾਂ ਆਪਾਂ ਮਸਾਲੇ ਮਸੂਲੇ ਐਡ ਕਰ ਲਈਏ ਸਾਰੇ, ਫਿਰ ਇਹਨਾਂ ਦੀ ਕਟਾਈ ਕਰਾਂਗੇ ਹੱਥ ਨਾਲ। ਇਹ ਹੁਣ ਪਹਿਲਾਂ ਆਪਾਂ ਕਿਹੜਾ ਪਿਆਜ਼ ਅਤੇ ਧਨੀਆ, ਉਹ ਸੋਰੀ ਪਿਆਜ਼ ਹਰੀ ਮਿਰਚ ਅਤੇ ਲਸਣ ਦਾ ਪੇਸਟ, ਪੇਸਟ ਨਹੀਂ ਆ ਵੈਸੇ ਆਪਾਂ ਕੀਤਾ ਗ੍ਰੈਂਡ, ਮੈਨੂੰ ਲੱਗਦਾ ਘੱਟ ਨਾ ਹੋਵੇ। ਹਾਂਜੀ
ਹਾਂ ਸਾਰੇ ਰੈਡੀ ਕਰਨੇ। ਪਹਿਲਾਂ ਕਰਾਂਗੇ ਆਪਾਂ ਨਮਕ ਐਡ। ਸਵਾਦ ਉਹਨੂੰ ਸਾਲਟ। ਸਵਾਦ ਉਹਨੂੰ ਹੁਣ ਕਰਾਂ। ਲੈ ਮੇਰੀ ਜਾਨ, ਕਹਿੰਦੇ ਇਹ ਤਾਂ ਤਿਆਰ ਹੋ ਗਿਆ, ਥੋੜ੍ਹਾ ਜਿਹਾ ਇੱਥੇ ਜੀਰਾ ਪਾ ਲਾ ਵਿੱਚ। ਆ ਜੀਰਾ ਹੀ ਆ ਨਾ, ਜੀਰਾ ਆਪਾਂ ਜਦੋਂ ਕਹਿੰਦੇ ਨਾ ਉਹ ਆਪਾਂ ਪਕੌੜੇ ਖਾਈਏ ਮੂੰਹ 'ਚ ਆਉਂਦਾ ਨਾ, ਆਹਾ ਸਵਾਦ ਸਵਾਦ ਇਹਦਾ ਹੀ ਆਉਂਦਾ ਜੀ। ਅਤੇ ਉਹ ਪਾ ਦਿਉ ਮੇਥੀ, ਅਤੇ ਆਪਾਂ ਥੋੜ੍ਹੀ ਜਿਹੀ ਐਡ ਕਰਾਂਗੇ ਕਸੂਰੀ ਮੇਥੀ, ਜ਼ਿਆਦਾ ਨਹੀਂ ਕਰਨੀ, ਥੋੜ੍ਹੀ ਜਿਹੀ। ਹਰਾ ਧਨੀਆ ਯਾਰ ਮੌਕੇ 'ਤੇ ਖਤਮ ਹੋ ਗਿਆ ਆਪਣਾ, ਕੋਈ ਨਹੀਂ। ਅਤੇ ਲਓ ਵੀ ਮਿੱਤਰੋ ਹੁਣ ਇਹਨੂੰ ਕਰੂੰਗੀ ਮੈਂ ਸੁਣਾ ਮੈਸ। ਰੀਤ ਨੇ ਕਰਨਾ ਸੀ ਅਤੇ ਪਰ ਰੀਤ ਦੇ ਨਾ ਹੱਥ 'ਤੇ ਲੱਗੀ ਆ ਸੱਟ, ਰੀਤ ਦੇ ਲੱਗੀ ਹੱਥ 'ਤੇ ਸੱਟ ਆ, ਦੇਖ ਸਕਦੇ ਹੋ। ਇੱਧਰ ਵੀ ਦੋਨੇ ਦੋਨੋਂ ਕਰਦਾ ਮਰਾਈਆਂ ਨੇ ਕੁੜੀ, ਫੜ ਇਹ ਹੁਣ ਮੇਰੀ ਸੇਵਾ ਵਾ, ਇਹਨੂੰ ਕਰਦੀ ਬੰਦ, ਇਹਨੂੰ ਕਰਦੀ ਸਾਈਡ 'ਤੇ, ਇਹਨੂੰ ਚੱਕ ਦਈਏ ਅਤੇ ਮੈਂ ਥੋੜ੍ਹਾ ਬੈਠ ਜਾਂਦਾ ਸੀ। ਹਲੇ ਵੀ ਮੋਟੇ ਆ ਨਾ, ਚਲ ਕੋਈ ਨਹੀਂ। ਮੈਨੂੰ ਐਂ ਲੱਗਦਾ ਮਟੀਰੀਅਲ ਆਪਣਾ ਘੱਟ ਆ ਵਿੱਚ, ਕਿਹੜਾ ਪਿਆ ਨਹੀਂ ਸਹੀ ਆ ਅਤੇ ਆਲੂ ਜ਼ਿਆਦੇ ਆ ਬਈ। ਆਲੂ ਕਿਹੜੀ ਐਸੀ ਚੀਜ਼ ਆ, ਇਹਦੀ ਹਰ ਇੱਕ ਐਟਮ ਬਣ ਜਾਂਦੀ ਹੈ, ਇਹਨੂੰ ਹਰ ਇੱਕ ਸਬਜ਼ੀ 'ਚ ਐਡ ਹੁੰਦਾ ਹੈ, ਹਰ ਇੱਕ ਚੀਜ਼ 'ਚ ਐਡ ਹੁੰਦਾ ਵਾ। ਇਹਦੇ ਪਕੌੜੇ ਕਈ ਤਰ੍ਹਾਂ ਦੇ ਬਣ ਜਾਂਦੇ ਆ ਅਤੇ ਇਹਨੂੰ ਕੋਈ ਵੀ ਚੀਜ਼ 'ਚ ਮਤਲਬ ਕਿ ਆਪਾਂ ਪਾ ਸਕਦੇ ਹਾਂ ਅਤੇ ਮਤਲਬ ਕਿ ਇਹਦੇ ਕਈ ਤਰ੍ਹਾਂ ਦੇ ਪਕੌੜੇ ਬਣ ਜਾਂਦੇ ਆ। ਅੱਜ ਆਪਾਂ ਬਣਾਉਣੇ ਤਾਂ ਪਕੌੜੇ ਹੀ ਆ, ਪਰ ਇਹ ਪਕੌੜਿਆਂ ਤੋਂ ਵੀ ਅਲੱਗ ਹੋਊਗਾ ਥੋੜ੍ਹਾ ਜਿਹਾ ਅਤੇ ਕੀ ਕਹਿੰਦੇ ਹੁੰਦੇ ਉਹਨੂੰ ਥੋੜ੍ਹਾ ਜਿਹਾ ਡਿਫਰੈਂਟ ਹੀ ਹੋਊਗੀ ਚੀਜ਼, ਨਾ ਤਾਂ ਪਕੌੜੇ ਲੱਗ। ਆਪਾਂ ਬੇਸਣ ਦਾ ਜੂਸ ਕਰਨਾ ਨਹੀਂ, ਕਿਉਂਕਿ ਪਕੌੜਿਆਂ ਦਾ ਹੁੰਦਾ ਬੇਸਣ ਜੂਸ, ਅਤੇ ਇਸ 'ਚ ਆਪਾਂ ਮੈਦਾ ਐਡ ਕਰਨਾ ਹੈ। ਸੋਰੀ ਮੈਦਾ ਕਿੱਥੇ ਆ, ਥੋੜਾ ਜਿਹਾ ਮੈਦਾ ਐਡ ਕਰ ਦਈਏ ਕਿਉਂਕਿ ਮੈਦੇ ਨਾਲ ਥੋੜਾ ਜਿਹਾ ਕਰੰਚੀ ਬਣ ਜਾ ਜੂਗਾ ਵਿੱਚ ਉਹਦੇ। ਬਸ ਨੂੰ ਚੰਗੀ ਤਰ੍ਹਾਂ ਇਹਦੀ ਕਟਾਈ ਕਰ ਦੇਂਗੇ ਹਮ, ਇਹਨੇ ਕਿ ਦੋ ਜਿਹਾ ਰੈਡੀ ਹੋ ਜਾਣਾ ਬਸ। ਉਹ ਤਾਂ ਮੇਰੀ ਨਾ ਇੱਕ ਗੱਲ ਹੈਗੀ ਆ, ਜਿੰਨੀ ਮੈਨੂੰ ਐਟਮਾਂ ਬਣਾਉਣੀਆਂ ਆ ਗਈਆਂ ਨਾ, ਮੈਂ ਦੱਸਦਾ ਮੈਂ ਤਾਂ ਢਾਬਾ ਢੁੱਬਾ ਖੋਲ੍ਹਣਾ ਵਧੀਆ ਰਹਿਣਾ। ਬਈ ਮੈਦਾ ਪਾਉਣਾ ਥੋੜ੍ਹਾ ਜਿਹਾ ਨਾ ਕੀ ਕਹਿੰਦੇ ਹੁੰਦੇ ਸੁੱਕਾ ਪੰਜਾ ਆ ਗਿਆ ਇਹ 'ਚ, ਪਰ ਵਧੀਆ ਵਾ। ਚਲੋ ਵੀ ਤੁਹਾਨੂੰ ਅੱਗੇ ਦੀ ਰੈਸਪੀ ਦਿਖਾ, ਅੱਗੇ ਦੀ ਪ੍ਰੋਸੈਸ ਦਿਖਾਤੇ ਹੈ। ਵੀ ਆਪਾਂ ਇਹਦਾ ਰੋਟੀ ਵੇਲਣ ਵਾਸਤੇ ਆਪਾਂ ਇੱਕ ਲਿਫਾਫੇ ਦਾ ਸਾਫ ਹੋਣਾ ਚਾਹੀਦਾ ਵਾ, ਉਹਦਾ ਇਸਤੇਮਾਲ ਕਰਨਾ ਵਾ ਅਤੇ ਵਿੱਚ ਥੋੜ੍ਹਾ ਓਇਲ ਲਾ ਕੇ ਆਪਾਂ ਇਹਨੂੰ ਨਾ ਥੋੜ੍ਹਾ ਜਿਹਾ ਰੋਟੀ ਵਾਂਗੂ ਵੇਲਣਾ ਵਾ ਅਤੇ ਮੇਰਾ ਉਹਦਾ ਇੱਥੋਂ ਪਾ ਦੇਈਏ ਨਾ। ਔਖਾ ਕੰਮ ਵੀ ਤਾਂ ਕੋਈ ਨਹੀਂ, ਲਓ ਮਿੱਤਰੋ ਇਹਨੂੰ ਆਪਾਂ ਵੇਲਣਾ ਵਾ
ਤੇ ਵੇਲਣ ਦੀ ਆਪਾਂ ਨੂੰ ਇੱਕ ਚਾਹੀਦਾ ਵੇਲਣਾ ਤੇ ਇੱਕ ਚਾਹੀਦਾ ਚਮਚ। ਚਮਚ ਕੀ ਕਰਨੇ ਆਪਾਂ, ਚਮਚ ਨਾਲ ਆਪਾਂ ਇਹਨੂੰ ਪਾਵਾਂਗੇ ਐਡ ਕਰਾਂਗੇ ਇਹਦੇ ਵਿੱਚ ਜਾਂ ਇੱਕ ਡੋਗ ਨਾਲ ਉਹ ਕੀ ਬਣਾਉਣਾ ਪੇੜਾ ਜਿਹਾ ਕਰ ਲਓ ਇੱਕ ਗੋਲ ਜਿਹਾ। ਪਹਿਲਾਂ ਇੰਨਾ ਪਾਈਏ ਨਾ ਡੋਗ ਮਿੱਤਰੋ, ਹੱਥ ਨਹੀਂ ਹੋਣਾ ਬੋਲੇ ਆਹ ਆਲੂ ਫਿਰ ਰਹਿ ਗਏ ਹੈ ਨਾ। ਇਹ ਇਹ ਚੀਜ਼ ਤਾਂ ਪੰਗਾ ਪੈਂਦਾ ਬਸ ਕਿ ਚੀਜ਼ ਖਰਾਬ ਕਰ ਦਿੰਦਾ, ਕੋਈ ਨਹੀਂ ਬਾਕੀ ਕੋਈ ਨਹੀਂ। ਬੜੇ ਬੜੇ ਸ਼ਹਿਰ ਮੈਂ ਛੋਟੀ ਛੋਟੀ ਬਾਤੇਂ ਤੋਂ ਹੋਤੀ ਰਹਤੀ ਹੈ ਬਾਬੂ, ਬਸ ਮੋਟੀ ਡੋਰ ਰੱਖਿਓ ਮੈਨੂੰ ਪੱਤਰੀ ਜੀ ਕਰ ਲੈਂਦੇ ਇੱਕ ਨਾ ਬਰਾਬਰ ਜੀ ਲੂਗੀ। ਲੋਕ ਮਿੱਤਰੋ ਵੇਲਣ ਦੀ ਆਪਾਂ ਨੂੰ ਲੋੜ ਨਹੀਂ ਪਈ, ਆਪਣੇ ਹੱਥ ਹੀ ਵੇਲ ਲੈ ਅੜਗੇ ਆ। ਤੁਸੀਂ ਸੋਚਣ ਡੇਓਗੇ ਤਾਂ ਕੀ ਕਰਾਂਗੇ ਆਪਾਂ, ਕਰਾਂਗੇ ਕੁਝ ਨਾ ਕੁਝ, ਪਰ ਰੁਕੋ ਜ਼ਰਾ ਸਫ਼ਰ ਕਰੀਏ। ਦਿੱਤੇ ਨੇ ਰੋਟੀ ਬਣ ਗਈ, ਸਾਨੂੰ ਵੇਲ ਲਈਏ ਰੋਟੀ ਬਣਾ ਲਈਏ ਆਲੂ ਵਾਲੀ ਰੋਟੀ ਵੀ ਇੱਕ ਹਿਸਾਬ ਦੀ ਆਲੂ ਵਾਲੀ, ਪਰ ਆਪਾਂ ਇਹਨਾਂ ਨੂੰ ਤੇਲ 'ਚ ਕਰਨਾ ਫਰਾਈ, ਓਇਲ ਓਇਲ ਖਾਣ ਨੂੰ ਹੀ ਹੱਟਦੇ ਜੀ ਵੇਲੇ ਬਾਰਾ ਕਹਿਣਾ ਮੋਟੇ ਨਹੀਂ ਹੁੰਦੇ, ਮੋਟੇ ਕੀ ਹੋਣਾ ਇਹ ਉਧਰੋਂ ਵੀ ਕਰ ਲਓ ਨਾ। ਕਰਦੇ ਕਿੱਥੇ ਆ, ਇਹਦਾ ਮੈਂ ਪਾ ਹੀ ਲਵਾਂ, ਇਹਦਾ ਕਤਲ ਕਰ ਹੀ ਲਵਾਂ। ਲਓ ਇਸਕਾ ਕਤਲ ਤਾਂ ਹੋ ਚੁੱਕਾ ਹੈ, ਅਤੇ ਲਓ ਵੀ ਮਿੱਤਰੋ ਇਹ ਆਪਣੇ ਰੈਡੀ ਆ। ਇਹ ਆਪਾਂ ਹੁਣ ਇਹਨੂੰ ਕਰਨਾ ਕਟਿੰਗ, ਕਰਦਾ ਦੇਖ ਲਓ ਮੈਂ ਸਾੜਤੀ ਉਹਦਾ, ਐਨ ਬਰੀਕ ਬਰੀਕ ਕਟਿੰਗ ਕਰਨੀ ਆਪਾਂ ਇਹਦੀ। ਪੂਰੀ ਬਰੀਕ ਬਰੀਕ ਰੱਖਣੀ, ਜ਼ਿਆਦਾ ਨਹੀਂ ਕਰਨੀ। ਇੱਥੇ ਮੈਨੂੰ ਲੱਗਦਾ ਆਪਣੇ ਨਾ ਉਹ ਕਿੱਦਾਂ ਉਹ ਹੋ ਨਹੀਂ ਜਾਂਦੇ ਜ਼ਿਆਦਾ ਸੋਫਟ ਹੋ ਗਿਆ, ਸੋਫਟ ਹੀ ਕਹਿੰਦੇ ਨੇ, ਸੋਫਟ ਹੋ ਗਿਆ ਮੈਨੂੰ ਲੱਗਦਾ ਜ਼ਿਆਦਾ, ਤਾਂਹੀਓ ਪੰਗਾ ਪਊਗਾ, ਪੰਗਾ ਪਊਗਾ, ਚੱਕਣ ਲੱਗਿਆ ਪੰਗਾ ਪਊਗਾ। ਇੱਕ ਨਾ ਪਹਿਲਾਂ ਤਾਈ ਕਰ ਲਓ, ਨਹੀਂ ਤਾਂ ਦੋ ਮਿੰਟ ਰੱਖ ਦਾਂਗੇ ਨਾ ਆਪਾਂ। ਕਰਾਂਗੇ ਤੇਲ ਐਡ। ਲਓ ਮਿੱਤਰੋ ਆਪਾਂ ਕੜਾਈ ਵੀ ਚੇਂਜ ਕਰਤੀ ਆ, ਇੱਕ ਕੜਾਈ ਥੋੜ੍ਹੀ ਛੋਟੀ ਕਰਤੀ ਗੈਸ ਦੇ ਨਾਲ ਦੀ, ਠੀਕ ਹੈ ਤੇਲ ਤੇ ਹੋਰ ਪਹਿਲਾਂ ਨਹੀਂ ਠੀਕ ਹੈ ਜੇ ਲੋੜ ਪਊਗੀ। ਹਾਂਜੀ ਲਓ ਵੀ ਤੇਲ ਗਰਮ ਹੋਣ ਦਿਆ, ਉਹਦੀ ਕਰਦੇ ਹਾਂ ਰੇਟ, ਅਤੇ ਆਪਾਂ ਥੋੜ੍ਹਾ ਪਲੈਨ ਕੈਂਸਲ ਕਰਤਾ ਚੇਂਜ ਕਰਤਾ, ਫਿਰ ਜੀ ਉਹ ਥੋੜ੍ਹਾ ਕੰਮ ਹੋ ਗਿਆ ਆਪਣਾ ਖਰਾਬ, ਫਿਰ ਜੀ ਉਹ 'ਚ ਥੋੜ੍ਹਾ ਜਿਹਾ ਨਾ ਛੱਡੋ ਪਰੇ ਨਹੀਂ ਦੱਸ ਦਿੰਦੇ ਹਾਂ, ਮੈਂ ਤਾਂ ਆਪਾਂ ਉਹਨਾਂ ਥੋੜ੍ਹਾ ਹੋ ਗਿਆ ਸੋਫਟ ਜ਼ਿਆਦਾ ਹੋ ਗਿਆ, ਉਹ ਲਾਈਨਾਂ ਸਹੀ ਨਹੀਂ ਹੋਈਆਂ, ਅਤੇ ਆਪਾਂ ਪਲੈਨ ਚੇਂਜ ਕਰਕੇ ਥੋੜ੍ਹੀ ਜਿਹੀ ਵੱਖਰੀ ਚੀਜ਼ ਬਣਾਉਣ ਦੀ ਸੋਚ ਲਈ, ਦੇਖਦੇ ਹਾਂ ਕਿੱਦਾਂ ਦੀ ਬਣਦੀ। ਉਹ ਵੀ ਆਪਣਾ ਤੇਲ ਤਾਂ ਤੁਹਾਨੂੰ ਪਤਾ ਜਿਵੇਂ ਗਰਮ ਸੀ ਜਿਵੇਂ, ਅਤੇ ਆਪਾਂ ਹੁਣ ਇੱਕ ਟਿੱਕੀ ਟੈਪ ਵੀ ਬਣਾ ਦੇ ਲੱਗੇ ਇਹਨਾਂ ਨੂੰ ਬਿਨਾਂ ਵੇਸਣ ਤੋਂ, ਬਿਨਾਂ ਵੇਸਣ ਤੋਂ ਕਿਉਂਕਿ ਉਹ ਆਪਣਾ ਜ਼ਿਆਦਾ ਸੋਫਟ ਹੋ ਗਿਆ, ਇਸ ਕਰਕੇ ਆਪਾਂ ਫਿਰ ਕੁਛ ਤਾਂ ਬਣਾਉਣਾ ਸੀ, ਖਾਣ ਤੋਂ ਬਿਨਾਂ ਰਹਿਣਾ ਨਹੀਂ, ਖਾਣ ਤੋਂ ਬਿਨਾਂ ਰਹਿਣਾ ਨਹੀਂ ਤੁਹਾਨੂੰ ਪਤਾ ਹੈ।
ਇਸ ਕਰਕੇ ਆਪਾਂ ਇਹ ਕੋਫਤਿਆਂ ਨੂੰ ਭੰਜ ਲੱਗੇ ਬਾਈ ਸਾਰਾ ਮਸਲੀ ਆ ਜੀ ਨਹੀਂ ਹਲੇ ਰਹਿਣ ਚਲੋ ਇਹ ਆ ਉਹ ਵੀ ਮਿਧਰੋ ਬਾਕੀ ਪਤਾ ਨਹੀਂ ਕਿਵੇਂ ਦੇ ਬਣਨ ਕਿਵੇਂ ਜੇ ਨਹੀਂ ਆਪਰ ਤੁਹਾਨੂੰ ਬਣਾ ਕੇ ਜ਼ਰੂਰ ਦਿਖਾਵਾਂਗੇ ਆਪਾਂ ਫੁੱਲ ਤਿਆਰੀ ਕੀਤੀ ਆਪਣੇ ਵੱਲੋਂ ਘੈਂਟ ਬਣਾਉਣ ਦੀ ਆਪਾਂ ਬਣਾਉਣਾ ਤਾਂ ਕੁਝ ਹੋਰ ਹੀ ਪਰ ਬਣ ਕੁਝ ਹੋਰ ਹੀ ਗਿਆ ਕੀ ਕਰੀਏ ਯਾਰ ਜੋ ਬਣਾਉਣਾ ਸੀ ਉਹ ਬਣਿਆ ਨਹੀਂ ਚਲੋ ਤੁਹਾਨੂੰ ਦਿਖਾਉਂਦੇ ਲੈ ਮੇਰੀ ਜਾਨ ਕਹਿੰਦੇ ਕੀ ਕਹਿੰਦੇ ਹੁੰਦੇ ਯਾਰ ਮੈਨੂੰ ਸਮਝ ਉਹ ਘਰ ਜੀ ਇੱਕ ਘਰ ਦਾ ਨਾਮ ਹੀ ਚੇਤਾ ਆਇਆ ਹੁਣ ਚਲੋ ਉਹ ਵੀ ਬਣਾਉਣ ਕਹਿੰਦੇ ਕੀ ਗਏ ਅਤੇ ਬਣ ਕੀ ਗਿਆ ਮੈਨੂੰ ਲੱਗਦਾ ਰਿਤੇ ਇਹ ਦੋ ਫੀਲਿੰਗਾਂ ਆਉਂਦੀਆਂ ਵੀ ਇਹਨਾਂ ਨੂੰ ਦੇਖ ਕੇ ਇੱਕ ਟਿੱਕੀ ਦੀ ਇੱਕ ਕੋਫਤਿਆਂ ਦੀ ਤੁਹਾਨੂੰ ਦੇਖਦੇ ਹਾਂ ਕੀ ਆ ਦਹੀਂ ਪਾ ਕੇ ਆਪਾਂ ਟਿੱਕੀ ਸ਼ਹਿਰ ਖਾਵਾਂਗੇ ਜ਼ਿਆਦਾ ਲੈ ਵੀ ਮੇਰੇ ਤਾਂ ਦਹੀਂ ਵੀ ਪਈ ਆ ਸੌਸ ਵੀ ਪਈ ਆ ਗ੍ਰੀਨ ਸੌਸ ਵੀ ਪਈ ਆ ਅਤੇ ਮੇਰਾ ਲੱਗਦਾ ਦਹੀਂ ਭੱਲੇ ਬਣਾ ਲਈਏ ਭੱਲੇ ਦੀ ਥਾਂ ਟਿੱਕੀ ਰੱਖ ਲਵਾਂਗੇ ਯਾਰ ਇਹ ਆਪਣਾ ਥੋੜ੍ਹਾ ਜ਼ਿਆਦਾ ਸੌਫਟ ਹੋ ਗਿਆ ਇਸ ਕਰਕੇ ਪੰਗਾ ਪੈ ਗਿਆ ਬਾਕੀ ਕੰਮ ਮੁੱਕ ਗਿਆ ਇਸ ਕਰਕੇ ਹਾਂ ਜੀ ਅਤੇ ਲਓ ਮਿੱਤਰੋ ਇਹ ਕੁੜੀ ਬੈਠੀ ਆ ਚੌਂਕੜੀ ਮਾਰ ਕੇ ਬਾਬਿਆਂ ਵਾਂਗੂ ਹੈ ਚੰਗੀ ਤਰ੍ਹਾਂ ਕਰੰਚੀ ਕਰ ਲਾ ਯਾਰ ਖਾਣਾ ਕੀ ਇਹ ਬਣ ਪੀ ਗਿਆ ਚਲੋ ਕੋਈ ਗੱਲ ਨਹੀਂ ਮਿੱਤਰੋ ਹਾਂ ਬੜੇ ਬੜੇ ਸ਼ਹਿਰੋਂ ਮੈਂ ਛੋਟੀ ਛੋਟੀ ਬਾਤਾਂ ਖੋਲਦੀ ਰਹਿੰਦੀ ਹਾਂ ਪਰ ਟੈਨਸ਼ਨ ਨਹੀਂ ਲੈਣੀ ਹਾਰ ਨਹੀਂ ਮੰਨੀ ਦਿੰਦੀ ਟਰਾਈ ਕਰਦੇ ਰਹਿਣਾ ਚਾਹੀਦਾ ਹੁੰਦਾ ਠੀਕ ਆ ਅੱਜ ਵਧੀਆ ਬਣੂਗੇ ਕੱਲ੍ਹ ਫਿਰ ਵਧੀਆ ਬਣ ਜੂਗੇ ਅੱਜ ਨਾ ਬਣੂਗੇ ਤਾਂ ਕੋਈ ਚੱਕ ਨਹੀਂ ਮਿੱਤਰੋ ਮੇਰੀ ਜਾਨ ਇੱਕ ਨਾ ਫਿਰ ਆਪਾਂ ਟਰਾਈ ਕਰੀਏ ਛੋਟੇ ਛੋਟੇ ਕਰਕੇ ਕਦੀ ਜ਼ਿਆਦਾ ਵੱਡਿਆਂ ਕੰਮ ਨਾ ਉਹ ਖਿਲਰਦਾ ਜਾਂਦਾ ਇਸ ਕਰਕੇ ਆਪਾਂ ਛੋਟੇ ਛੋਟੇ ਟਰਾਈ ਕਰਨੇ ਹਾਂ ਚੱਕੋ ਜੀ ਚੱਕੋ ਹੋਰ ਪਾ ਲਈ ਹੈ ਨਹੀਂ ਪਾ ਲਓ ਛੋਟੇ ਛੋਟੇ ਤੋਂ ਬਹੁਤ ਕਹਿੰਦੇ ਕੰਮ ਪਕੌੜੇ ਪਕੌੜੀਆਂ ਹੋਣ ਲੱਗਾ ਅਤੇ ਇੱਧਰ ਮੈਡਮ ਨੇ ਪਹਿਲਾਂ ਹੀ ਚਟਨੀਆਂ 'ਚ ਸੇਕ ਕਰਤੇ ਨੇ ਹਾਂ ਵੀ ਤੂੰ ਵੀ ਚੈੱਕ ਕਰ ਲਾ ਥੋੜ੍ਹੇ ਜਿਹੇ ਪਕੌੜੇ ਆਇਆ ਮੁੰਡੇ ਨੂੰ ਬੁਖਾਰ ਚੜ੍ਹਿਆ ਕਹਿੰਦੇ ਮੁੰਡਾ ਠੀਕ ਨਹੀਂ ਅੱਜ ਹੈ ਕਹਿੰਦਾ ਹਾਂ ਕਿਵੇਂ ਦੇ ਬਣਿਆ ਬਣਾਉਣਾ ਕੁਝ ਹੋਰ ਹੀ ਪਰ ਬਣ ਇਹ ਗਿਆ ਨਹੀਂ ਆਹ ਬਣਾਉਣੀ ਚੱਲ ਕੋਈ ਨਹੀਂ ਲਓ ਵੀ ਮਿੱਤਰੋ ਪਕੌੜੇ ਕਿੱਦਾਂ ਦੇ ਲੱਗੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਬਾਕੀ ਸਾਡੇ ਕੋਲ ਕੰਮ ਖਰਾਬ ਹੁੰਦਾ ਹੀ ਰਹਿੰਦਾ ਕੋਈ ਚੱਕਰ ਨਹੀਂ ਚੱਲ ਕੋਈ ਨਹੀਂ ਚੱਲ ਖਾ ਲਾ ਕੋਈ ਨਹੀਂ ਲੈ ਮੇਰੀ ਜਾਨ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਕੇ ਕਿੱਥੋਂ ਗਏ ਸੀ ਘਰੇ ਆ ਗਏ ਵਾਲ ਵੂਲ ਕਟਾ ਕੇ ਮਾੜੇ ਤੁਹਾਨੂੰ ਵਾਲਾਂ ਦੀ ਮੈਂ ਲੁੱਕ ਚੈੱਕ ਕਰਾਉਂਦਾ ਵਾਂ ਦੱਸਿਓ ਫਿਰ ਕਿਵੇਂ ਦੇ ਲੱਗੇ ਆ
ਬਾਕੀ ਰੀਸ ਨੂੰ ਦਿਖਾਉਂਦੇ ਜਾ ਕੇ ਕੀ ਕਹਿੰਦੀ ਵਾਲਾ ਕਿੱਦਾਂ ਦਾ ਹੈਗੇ, ਮੈਨੂੰ ਲੱਗਦਾ ਬੁੱਲੂ ਗਿਆ ਕੋਲ, ਆ ਮੈਨੂੰ ਉਤਾਰਦੇ ਸੀ। ਲੈ ਮੇਰੀ ਜਾਨ ਕਹਿੰਦੇ ਵਾਲ ਚੈੱਕ ਕਰੋ ਤੁਸੀਂ, ਵਾਲ ਤਾਂ ਆਪਾਂ ਉਵੇਂ ਦੇ ਕਟਾਏ, ਥੋੜ੍ਹਾ ਜਿਹਾ ਆਪਾਂ ਦਾੜੀ ਦਾ ਸਟਾਈਲ ਚੇਂਜ ਕਰਤਾ ਐਰਕਾ, ਐੱਲ ਸਾਈਜ਼ ਬਣਾ ਲਈ ਆ, ਅਤੇ ਥੋੜ੍ਹਾ ਜਿਹਾ ਇੱਥੇ ਕੱਟ ਪਵਾਇਆ ਐਰਕਾ। ਦੱਸੋ ਕਮੈਂਟ ਕਰਕੇ ਫਿਰ ਕਿਵੇਂ ਦੇ ਲੱਗ ਗਿਆ। ਬਾਕੀ ਰੀਤ ਨੂੰ ਦਿਖਾਉਂਦੇ ਹਾਂ ਰੀਤ ਕੀ ਕਹਿੰਦੀ ਭਲਾ, ਦੇਖਦੇ ਹਾਂ। ਘਰੇ ਵਾਲੇ ਮੈਂ ਪਹੁੰਚਿਆ ਹੀ ਹਾਂ, ਨਾਈਏ, ਵਾਲ ਵੂਲ ਬੜੇ ਲੱਗੇ ਨੇ, ਬਹੁਤ ਜ਼ਿਆਦਾ ਲੱਗੇ ਨੇ। ਰੀਤੇ ਆਈ ਐਮ ਕਮਿੰਗ, ਆ ਵਾਲ ਚੈੱਕ ਕਰਕੇ ਦੱਸੀ ਕਿਵੇਂ ਦੇ ਲੱਗੇ, ਛੇਤੀਆਂ ਹੀ ਬਾਹਰ। ਤਿੰਨ ਚਾਰ ਗੱਭਰੂ ਨੇ ਘੁੰਮਦੇ ਆ ਲਾਉ। ਲੈ ਮੇਰੀ ਜਾਣ ਕੇ ਤਾਂ ਪਕੌੜੇ ਪਕੌੜੇ ਖਾ ਕੇ ਆਪਾਂ ਚਲ ਗਏ ਵਾਲ ਕਟਾਉਣ, ਅਤੇ ਵਾਲ ਕੱਟਾ ਕੇ ਆ ਗਏ ਹਾਂ, ਅਤੇ ਹੁਣ ਪਤਾ ਨਹੀਂ ਕੀ ਆਖੇ ਸੀ ਇੱਥੇ। ਚੀਜ਼ ਉਹ ਕਰੋ ਕਿਸੇ ਨੇ ਨਾ ਕੀਤੀ ਹੋਵੇ, ਸਹੀ ਨਹੀਂ ਲੱਗਦਾ। ਲੋ ਵੀ ਰੀਤ ਨੇ ਕਰਤੇ ਰਿਜੈਕਟ, ਰਿਜੈਕਟ ਹੀ ਹੁੰਦਾ ਨਾ ਰਿਜੈਕਟ। ਚਲੋ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਦੇ ਲੱਗ ਰਹੇ। ਹਾਂ ਹਾਂ ਹਾਂ, ਤੈਨੂੰ ਕੀ ਪਤਾ ਜੱਟ ਦੀ ਟੋਰੀ ਇੰਨੀ। ਲੋ ਮਿੱਤਰੋ ਕਮੈਂਟ ਕਰਕੇ ਜ਼ਰੂਰ ਦੱਸਿਓ, ਆਹ ਕੱਟ ਜਿਹਾ ਸੋਹਣਾ ਲੱਗ ਜਾ ਜਾਂ ਨਹੀਂ ਲੱਗਦਾ। ਜੇ ਤੁਸੀਂ ਕਹਿ ਨਹੀਂ ਲੱਗਦਾ ਤਾਂ ਫਿਰ ਆਪਾਂ ਪਵਾਉਣਾ ਨਹੀਂ ਅੱਗੇ ਤੋਂ। ਚਲ ਬਾਕੀ ਸਵੇਰ ਦੀ ਤਿਆਰੀ ਕਰੀਏ, ਚੈੱਕ ਕਰੋ ਵਿਊ ਕਿਵੇਂ ਦਾ ਲੱਗਦਾ। ਸ਼ਾਮਾਂ ਪੈ ਚੁੱਕਿਆ ਨੇ, ਸਵੇਰ ਦੀ ਕਾਹਦੀ, ਸਵੇਰ ਦੀ ਦੱਸਾਂਗੇ। ਟੈਨਸ਼ਨ ਨਾ ਪਾਇਆ ਕਰੋ ਮੈਨੂੰ। ਲੈ ਤੈਨੂੰ ਟੈਨਸ਼ਨ ਕਾਹਦੀ, ਤੇ ਸਵੇਰੇ ਉੱਠ ਕੇ ਫਿਰ ਬਲੌਗ ਦੀ ਤਿਆਰੀ ਕਰਨੀ ਆ, ਹੋਰ ਕਾਹਦੀ। ਹੈਂ ਦਿੱਤਿਆ ਤੇ ਅੱਛਣ ਬੜਾ ਤੁਸੀਂ, ਬੁਰਸ਼ ਕੀਤਾ, ਮਜ਼ਾਕ ਕਰਦਾ ਕੁਛ ਨਾ ਕਰ। ਸਾਡੇ ਘਰੇ ਨਿਊ ਗੋਲ ਗੱਪੇ ਵਾਲਾ ਇੱਕ ਭਾਈ ਆਇਆ, ਗੋਲ ਗੱਪੇ ਕਰਾਰੇ ਕਰਾਰੇ ਗੋਲ ਗੱਪੇ ਬਾਈ ਆਜੋ। ਕੀ ਪਲੇਟ ਆ ਭਾਈ, ਇਹ ਦੱਸ ਕੇ ਦੋ ਏ ਬਾਈ। ਹਾਂ ਦੱਸ ਕੇ ਦੋ, ਕਿਆ ਕਰੇ ਬੈਣਾ, ਤੁਸੀਂ ਪਾਪੜੀ ਵੀ ਭਰੀ ਜਾਂਦੇ ਹੋ, ਸਭ ਕੁਝ ਭਰੇਂਗੇ ਬੈਣਾ। ਦੋ ਫਲੇਵਰ ਦਾ ਪਾਣੀ, ਮਿੱਠਾ ਅਤੇ ਖੱਟਾ। ਮਿੱਠਾ ਖੱਟਾ ਪਾਣੀ ਡਾਲ ਕੇ ਗੋਲ ਗੱਪੇ ਭਾਈ ਕਰਦਾ ਪਿਆ ਵਾ, ਅਤੇ ਸਾਰੇ ਜਣੇ ਜ਼ਰੂਰ ਕਮੈਂਟ 'ਚ ਦੱਸਿਓ ਕਿ ਕੱਟ ਕਿੱਦਾਂ ਦਾ ਲੱਗਣ ਡਿਆ, ਘੈਂਟ ਲੱਗਦਾ। ਸਾਰੇ ਜਣੇ ਨੂੰ ਦੱਸਣਾ ਵਾ, ਜਿਹਨਾਂ ਜਿਹਨਾਂ ਨੂੰ ਚੰਗਾ ਲੱਗਾ ਨਹੀਂ ਵੀ ਤਾਂ ਵੀ ਕਰ ਦਿਓ। ਮੈਂ ਪਵਾਉਣਾ ਨਹੀਂ ਸੀ, ਉਹ ਬੰਦੇ ਨੇ ਪਦੋ ਬਦੀ ਪਾਤਾ ਯਾਰ, ਮੈਂ ਚੱਲ ਮੇਰੇ ਲਾਗੇ ਲਿਆਇਓ ਭਾਈ ਨੂੰ। ਭਾਈ ਨੂੰ ਕੀ ਲਾਗੇ ਲਿਆਉਣਾ, ਚੱਲ ਮੈਂ ਬੰਦੇ ਦਾ ਮਾਨ ਤਾਂ ਰੱਖ ਲੈਂਦੇ ਹਾਂ। ਲੈ ਉਹ ਕੱਲ੍ਹ ਕਹੂਗਾ ਤੁਹਾਨੂੰ ਗੰਜ ਕਢਾ ਲਓ। ਹਾਂ ਮੈਂ ਦਾੜੀ ਦਾ ਸਟਾਈਲ ਚੇਂਜ ਕਰਤਾ ਨਾ ਅੱਜ, ਮੈਂ ਕਰਾਉਂਦਾ ਨਹੀਂ, ਮੈਂ ਮਾੜੇ ਨਾ ਹੀ, ਮਾੜੇ ਨਹੀਂ, ਮੈਂ ਸ਼ੁਰੂ ਤੋਂ ਇੱਕ ਇਹ ਉਹ ਰੱਖਿਆ ਇੱਕੋ ਹੀ, ਪਰ ਉਹਨੇ ਚੇਂਜ ਕਰਤਾ ਯਾਰ, ਕੋਈ ਨਹੀਂ ਭਾਵੇਂ ਟੁੱਟ ਗਈ। ਖਾਈ ਨਾ ਜਾਓ ਨਾਲ ਦੇ ਨਾਲ, ਮੈਂ ਗਿਣ ਕੇ ਰੱਖੇ ਆ, ਭੁੱਖੀ ਮੰਗਾ ਕੇ ਤਾਂ ਦਿੱਤੀ ਨਹੀਂ ਫਿਰ ਚੀਜ਼। ਤੇਰਾ ਦਾਲ ਆ ਜਾਂਦਾ ਰੋਜ਼ ਹੈ ਨਾ, ਜੀ ਮੈਂ ਬਿਨਾਂ ਗਿਣੇ ਦੱਸ ਸਕਦੀ ਕਿੰਨੇ ਆ।
ਪਹਿਲਾਂ ਗਿਣ ਗੁਣ ਕੇ ਤੇ ਕਹਿੰਦੇ ਮੈਂ ਗਿਣੇ ਹੀ ਨਹੀਂ ਜਿਹੜੇ ਇੱਚ ਪਏ ਆ ਪਾਪੜੀ ਦਿਓ ਗਾਇਸ ਇੱਕ ਟੋਫੀ ਸੀਗੀ ਸਾਡਾ ਵੱਡਾ ਡੈਡੀ ਦੇ ਕੇ ਗਿਆ ਜੀ ਨੂੰ ਤੇ ਉਹ ਤਿੰਨ ਚਾਰ ਦਿਨ ਹੋ ਗਿਆ ਭਟਕਦੀ ਫਿਰਦੇ ਸੀ ਅੱਜ ਫਿਰ ਲੱਭ ਗਏ ਮੈਂ ਖਾ ਲਈ ਉਹ ਤੇਰੇ ਕਰਮਾ ਜੀ ਨਾ ਉਹ ਮੈਨੂੰ ਲੱਗਦਾ ਨਾ ਉਦਾਂ ਦੀ ਮੈਂ ਮੇਰੇ ਪਜਾਮੇ ਜੀ ਪਜਾਮਾ ਮੈਂ ਚੇਂਜ ਕਰ ਲਿਆ ਸਵਾਦ ਬੜੀ ਆ ਲੈਚੀ ਵਾਲੀ ਇਹ ਪਾਣੀ 'ਚ ਪਾ ਲਿਓ ਇਹ ਲਿਫਾਫੇ ਸਾਂਭ ਕੇ ਰੱਖਿਆ ਕਰੋ ਪਾਣੀ ਇੱਥੇ ਪੈ ਜਾਏਗਾ ਆਹ ਦੇਖ ਲੈ ਇੰਨਾ ਪਾ ਕੇ ਦੇਖੋ ਜੇ ਨਾ ਪਿਆ ਫਿਰ ਬੰਦ ਕਰਕੇ ਰੱਖ ਦੇ ਪਰ ਖੁੱਲਾ ਭਾਂਡਾ ਲੈ ਕੋਈ ਮੈਨੂੰ ਉੱਠਣਾ ਪੈਣਾ ਉੱਠ ਫਿਰ ਉੱਠੋ ਮੈਂ ਚਲੋ 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 ਮੈਂ ਗੋਲਗੱਪੇ ਖਾਣੇ ਆ ਨਾ ਖਾਣੇ ਆ ਨਾ ਚਲੋ ਤਾਂ ਵੀ ਮਿੱਤਰਾ ਕਹਿੰਦੇ ਕੀ ਆਉਣ ਲੱਗਾ ਕਹਿੰਦੇ ਰੋਟੀ ਦੀ ਤਿਆਰੀ ਕਰ ਲਈ ਵੀ ਰੋਟੀ ਦੀ ਨਾਲ ਅੰਬ ਦਾ ਅਚਾਰ ਅਤੇ ਦਹੀਂ ਆ ਰਾਇਤੇ ਵਾਲਾ ਅਤੇ ਦਾਲ ਅਤੇ ਨਾਲ ਪਿਆਜ਼ ਅਤੇ ਨਾਲ ਚੌਲ ਨਾਲ ਤੁਹਾਡਾ ਆਕਾਸ਼ਵੀਰ ਸਿੰਘ ਸੰਧੂ ਲਓ ਵੀ ਮਿੱਤਰੋ ਖਾਣ ਲੱਗਿਆ ਰੋਟੀ ਦੇ ਨਾਲ ਹੀ ਕਰਦੇ ਹਾਂ ਵਲੌਗ ਦਾ ਐਂਡ ਆਪਾਂ ਬਾਕੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਅੱਗੇ ਆਪਣੇ ਦੋ ਦਿਨ ਨਾਗਾ ਪੈ ਗਿਆ ਵਲੌਗ ਦਾ ਪਰ ਹੁਣ ਨਹੀਂ ਪਾਉਣ ਦੇਣੇ ਆਪਾਂ ਰੈਗੂਲਰ ਵਲੌਗ ਆਊਗੇ ਇੰਗਲਿਸ਼ ਥੋੜ੍ਹੀ ਲੋ ਆ ਇਸ ਕਰਕੇ ਕੋਈ ਨਹੀਂ ਕੀ ਕਹਿੰਦੇ ਐਡਜਸਟ ਕਰ ਲਿਆ ਕਰੋ ਵਿੱਚ ਲਓ ਮਿੱਤਰੋ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ ਓਕੇ ਰੱਬ ਰੱਖਾ